ਸ਼ਹਿਰ ਤੇ ਅੱਜ ਤੁਹਾਨੂੰ ਮੈਂ ਫਰੀਦਕੋਟ ਦੀ ਕਰਾ ਰਹੀ ਹਾਂ, ਪਰ ਮੈਨੂੰ ਪਤਾ ਦੇਖਣ ਵਾਲਿਆਂ 'ਚ ਲੇਡੀਜ਼ ਬੈਠੀਆਂ ਹੋਈਆਂ ਨੇ ਅਤੇ ਉਹਨਾਂ ਨੂੰ ਉੰਨੀ ਦੇਰ ਤੱਕ ਮਜ਼ਾ ਨਹੀਂ ਆਏਗਾ ਜਦ ਤੱਕ ਮੈਂ ਉਹਨਾਂ ਦੀ ਪਸੰਦੀਦਾ ਜਗ੍ਹਾ 'ਤੇ ਨਹੀਂ ਲੈ ਕੇ ਜਾਵਾਂਗੀ। ਮੈਨੂੰ ਪਤਾ ਹੈ ਤੁਹਾਡੀ ਪਸੰਦੀਦਾ ਜਗ੍ਹਾ ਮਤਲਬ ਸੂਟਾਂ ਦੀ ਦੁਕਾਨ, ਸੋ ਤੁਹਾਨੂੰ ਮੈਂ ਲੈ ਆਈ ਹਾਂ ਜੀ ਮੇਨ ਬਾਜ਼ਾਰ ਫਰੀਦਕੋਟ ਦੇ ਵਿੱਚ ਜੈਨ ਕਲਾਥ ਹਾਊਸ। 70 ਸਾਲ ਪੁਰਾਣੀ ਦੁਕਾਨ ਹੈ, ਪਰ ਲੇਟੈਸਟ ਵਰਾਇਟੀ, ਅਪ ਟੂ ਮਾਰਕ ਵਰਾਇਟੀ, ਤੁਹਾਡੇ ਹਰ ਟੇਸਟ ਨੂੰ ਨਜ਼ਰ ਰੱਖਦੇ ਹੋਏ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਮਿਲੇਗੀ। ਅੰਦਰ ਚੱਲ ਕੇ ਦਿਖਾਵਾਂ, ਬਾਕੀ ਆਓ ਫਿਰ ਨਾਲ। ਲਓ ਜੀ, ਦੁਕਾਨ ਦੇ ਅੰਦਰ ਮੈਂ ਆ ਗਈ ਹਾਂ, ਪਰ ਹੁਣ ਆਪਣੇ ਆਪ ਨੂੰ ਬੜਾ ਕੰਟਰੋਲ 'ਚ ਰੱਖਣਾ ਪੈਣਾ, ਕਿਉਂਕਿ ਮੇਰੀ ਵੀ ਕਮਜ਼ੋਰੀ ਤੁਹਾਡੇ ਵਰਗੀ ਹੈ, ਮੈਨੂੰ ਵੀ ਪਸੰਦ ਆ ਜਾਣੇ ਨੇ 3-4 ਪੀਸ, ਅਤੇ ਫਿਰ ਹੁਣ ਕਰੀਏ ਪਸੰਦ। ਅੱਜ ਕੱਲ੍ਹ ਵੈਡਿੰਗਸ ਦੇ ਵਿੱਚ ਥੀਮਸ ਆ ਗਈਆਂ ਨੇ, ਡਿਫਰੈਂਟ ਡਿਫਰੈਂਟ ਥੀਮਸ ਉੱਤੇ ਅੱਜ ਕੱਲ੍ਹ ਵੈਡਿੰਗ ਹੋਣ ਲੱਗ ਪਈਆਂ, ਫਿਰ ਤੁਹਾਡਾ ਡਰੈਸਅਪ ਵੀ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਇਹ ਡਰੈਸ ਹੈ। ਮੈਨੂੰ ਲੱਗਦਾ ਹੈ ਬਾਰਬੀ ਥੀਮ ਤੋਂ ਇੰਸਪਾਇਰ ਹੈ, ਲੱਗਦਾ ਹੈ ਨਾ। ਪਹਿਲਾਂ ਲੋਕ ਵਿਆਹ ਸ਼ਾਦੀਆਂ ਦੇ ਸਮੇਂ 'ਤੇ ਗਾੜੇ ਰੰਗਾਂ ਨੂੰ ਤਰਜੀਹ ਦਿੰਦੇ ਸੀ, ਪਰ ਹੁਣ ਜ਼ਮਾਨਾ ਬਦਲ ਗਿਆ, ਲਾਈਟ ਜੂਲਰੀ, ਲਾਈਟ ਮੇਕਅਪ, ਲਾਈਟ ਕਲਰਸ, ਪਰ ਟੌਰ ਓਨੀ ਦੀ ਓਨੀ। ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੀ ਵਰਾਇਟੀ ਹੈ, ਦੇਖਣ 'ਚ ਕਿੰਨੇ ਸੋਹਣੇ ਲੱਗ ਰਹੇ ਨੇ, ਅਤੇ ਜਦੋਂ ਕੋਈ ਪੰਜਾਬਣ ਇਹਨੂੰ ਪਾਊਗੀ ਤਾਂ ਕਿੰਨਾ ਫੱਬੂਗਾ। ਇਹ ਹੈ ਜੀ ਮਿਰਰ ਵਰਕ, ਅੱਜ ਕੱਲ੍ਹ ਦੀ ਲੇਟੈਸਟ ਵਰਾਇਟੀ, ਜਿਹਦੇ ਵਿੱਚ ਬੂਟੀ ਦਾ ਕੰਮ ਵੀ ਹੈ, ਨਾਲ ਨਾਲ ਸ਼ੀਸ਼ਿਆਂ ਦੇ ਲਿਸ਼ਕੋਰੇ। ਇਹ ਹੈ ਜੀ ਗੋਟਾ ਪੱਟੀ, ਜੋ ਅੱਜ ਕੱਲ੍ਹ ਲੇਟੈਸਟ ਚੱਲ ਰਿਹਾ ਟ੍ਰੈਂਡ ਦੇ ਵਿੱਚ, ਹਲਕੇ ਕਲਰ ਦੇ ਉੱਤੇ ਭਾਰੀ ਕੰਮ, ਬਹੁਤ ਹੀ ਸੋਹਣਾ। ਇਹ ਜੀ ਪਰਲ ਅਤੇ ਸੀਕੁਐਂਸ ਵਰਕ, ਵਨ ਪੀਸ ਗਾਊਨ, ਕੁੜੀਆਂ ਚਿੜੀਆਂ ਦੇ ਲਈ ਬਿਲਕੁਲ ਫਿੱਟ, ਅਤੇ ਇਹ ਇੱਕ ਇੰਗੇਜਮੈਂਟ ਸੈਰੇਮਨੀ ਦੇ ਲਈ ਪਰਫੈਕਟ ਪੀਸ ਬ੍ਰਾਈਡ ਦੇ ਲਈ। ਫੁਲਕਾਰੀਆਂ ਤਾਂ ਪੰਜਾਬਣਾਂ ਦਾ ਸ਼ਿੰਗਾਰ ਨੇ, ਪਰ ਨਾਲ ਦੀ ਨਾਲ ਜੇ ਤੁਹਾਡਾ ਵਿਆਹ ਸਰਦੀਆਂ 'ਚ ਹੈ ਤਾਂ ਬ੍ਰਾਈਡ ਦੇ ਲਈ ਇਹ ਖੂਬਸੂਰਤ ਫੁਲਕਾਰੀ ਸ਼ੋਲ, ਜੈਨ ਕਲੋਥ ਹਾਊਸ। ਇਹ ਨਾਮ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਪੱਕਾ ਵਸ ਜਾਣਾ, ਕਿਉਂਕਿ ਇੱਥੇ ਤੁਹਾਨੂੰ ਇੰਨੀ ਕੁ ਜ਼ਿਆਦਾ ਵਾਈਡ ਰੇਂਜ ਮਿਲ ਰਹੀ ਹੈ ਹਰ ਤਰ੍ਹਾਂ ਦੀ ਵਰਾਇਟੀ ਦੀ, ਚਾਹੇ ਉਹ ਇੰਸਪਾਇਰਡ ਹੈ ਸਾਡੇ ਪੁਰਾਣੇ ਸੱਭਿਆਚਾਰ ਤੋਂ, ਚਾਹੇ ਅੱਜ ਕੱਲ੍ਹ ਦੀ ਲੇਟੈਸਟ ਵਰਾਇਟੀ ਤੋਂ। ਸੁਏਜੀ ਸਵਰੋਸਕੀ, ਇਹ ਲੇਟੈਸਟ ਵਰਕ ਚੱਲ ਰਿਹਾ ਅੱਜ ਕੱਲ੍ਹ ਪੰਜਾਬੀ ਸੂਟਾਂ ਦੇ ਉੱਤੇ, ਬਹੁਤ ਬਰੀਕੀ ਦੇ ਨਾਲ ਲੱਗੀ ਹੋਈ ਮਸ਼ੀਨੀ ਜਿਹੜੀ ਸਿੱਪੀ ਤੁਸੀਂ ਦੇਖ ਰਹੇ ਹੋ, ਚਮਚਮ ਦੇ ਵਿੱਚ ਪੂਰੀ ਦਮਕ, ਪਰ ਵਰਕ ਬਿਲਕੁਲ ਲਾਈਟ। ਵਾਈਟ ਕਲਰ ਬਹੁਤਿਆਂ ਦੀ ਕਮਜ਼ੋਰੀ ਹੁੰਦੀ ਹੈ, ਬੜਿਆਂ ਦਾ ਫੇਵਰੇਟ ਕਲਰ ਹੁੰਦਾ ਹੈ, ਪਰ ਵਾਈਟ ਦੇ ਵਿੱਚ ਜੇ ਲਖਨਵੀ ਚਿਕਨ ਹੋਵੇ ਅਤੇ ਉੱਤੇ ਮੁਕੈਸ਼ ਵਰਕ ਹੋਵੇ ਫਿਰ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕਿਉਂ ਪਸੰਦ ਆਇਆ ਪੀਸ? ਪਰ ਮੇਰੇ ਨਾਲ ਕੁਝ ਕਸਟਮਰ ਬੈਠੇ ਨੇ, ਮੈਂ ਉਹਨਾਂ ਤੋਂ ਜਾਣਨਾ ਚਾਹਾਂਗੀ ਕਿ ਇੱਧਰ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਕਿੱਦਾਂ ਦੀ ਵਰਾਇਟੀ ਦੇਖਣ ਨੂੰ ਮਿਲਦੀ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਕਿੰਨੀ ਦੇਰ ਤੋਂ ਆ ਰਹੇ ਹੋ ਇੱਥੇ? ਮੈਂ 15 ਸਾਲ ਤੋਂ ਆ ਰਹੀ ਹਾਂ ਇੱਥੇ, ਔਰ ਬਹੁਤ ਅੱਛੀ ਵਰਾਇਟੀ ਹੈ, ਮੇਰੇ ਖਿਆਲ ਨਹੀਂ ਫਰੀਦਕੋਟ 'ਚ ਹੋਰ ਵੀ ਕਿਸੇ ਸ਼ੋਪ 'ਤੇ ਮਿਲਦੀ ਹੋਈ। ਇਹ ਪੂਰੇ ਫਰੀਦਕੋਟ ਦੇ ਵਿੱਚ ਸਾਡਾ ਇੱਕ ਸਰਵੇ ਚੱਲ ਰਿਹਾ ਬੈਸਟ ਕਲੋਥ ਹਾਊਸ ਦਾ, ਤੁਹਾਡੇ ਹਿਸਾਬ ਨਾਲ ਇਹਨਾਂ ਨੂੰ ਜਾਣਾ ਬਣਦਾ ਹੈ ਕਿ ਨਹੀਂ? ਬਿਲਕੁਲ ਜਾਣਾ ਬਣਦਾ, ਬਿਲਕੁਲ। ਹਾਂਜੀ ਮੈਮ, ਤੁਹਾਡਾ ਕੀ ਕਹਿਣਾ, ਤੁਸੀਂ ਕਦੋਂ ਤੋਂ ਆ ਰਹੇ ਹੋ ਅਤੇ ਵਰਾਇਟੀ 'ਤੇ ਤੁਹਾਨੂੰ ਕਿੰਨਾ ਕੁ ਇੰਪ੍ਰੈਸ ਹਰ ਵਾਰੀ ਤਾਂ ਫੀਲ ਹੁੰਦਾ? ਸਤਿ ਸ਼੍ਰੀ ਅਕਾਲ ਮੈਮ, ਮੈਂ ਪਿਛਲੇ 5 ਸਾਲ ਤੋਂ ਇੱਥੇ ਆ ਰਹੀ ਹਾਂ, ਠੀਕ ਆ। ਲੌਂਗ ਡਰੈਸਿਸ, ਲਹਿੰਗੇ ਚੋਲੀ, ਠੀਕ ਆ। ਫਰੀਦਕੋਟ 'ਚ ਇੱਦਾਂ ਦੀ ਮੈਨੂੰ ਕਿਤੇ ਵਰਾਇਟੀ ਨਹੀਂ ਮਿਲੀ ਜੋ ਮੈਨੂੰ ਜੈਨ ਕਲੱਬ ਹਾਊਸ 'ਚ ਦੇਖਣ ਨੂੰ ਮਿਲੀ ਆ, ਔਰ ਮੈਂ ਲੈਂਦੀ ਹਾਂ। ਇਸ ਵਕਤ ਮੇਰੇ ਨਾਲ ਜੈਨ ਕਲੋਥ ਹਾਊਸ ਤੋਂ ਓਨਰ ਮਿਸਟਰ ਵਿਕਰਮ ਜੈਨ ਜੀ ਬੈਠੇ ਹੋਏ ਨੇ, ਅਤੇ 2-4 ਗੱਲਾਂ ਉਹਨਾਂ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਇੱਥੇ ਆ ਕੇ ਮਤਲਬ ਇੱਦਾਂ ਲੱਗਾ ਕਿ ਪੂਰਾ ਫਰੀਦਕੋਟ ਇੱਕੋ ਛੱਤ ਥੱਲੇ ਕੱਪੜੇ ਲੈ ਕੇ ਬੈਠਾ, ਇੱਕੋ ਛੱਤ ਥੱਲੇ ਪੂਰੇ ਸ਼ਹਿਰ ਦੀ ਵਰਾਇਟੀ ਇਕੱਠੀ ਹੋਈ ਪਈ ਹੈ। ਪਹਿਲਾਂ ਤਾਂ ਇਸ ਗੱਲ ਦੀ ਵਧਾਈ ਤੁਹਾਨੂੰ ਜਾਂਦੀ ਹੈ, ਔਰ ਦੂਸਰੀ ਸਾਡੇ ਵਿਊਵਰਸ ਨੂੰ ਦੱਸੋ ਵੀ ਕਿੰਨੀ ਪੁਰਾਣੀ ਤੁਹਾਡੀ ਦੁਕਾਨ ਹੈ? ਸਾਡੀ ਸ਼ੋਪ, ਸਾਡਾ ਫੈਮਿਲੀ ਬਿਜ਼ਨਸ 70 ਸਾਲ ਪੁਰਾਣਾ ਹੈਗਾ, ਔਰ ਮੈਂ ਪਿਛਲੇ 20 ਸਾਲਾਂ ਤੋਂ ਇਹਨੂੰ ਕੱਲਾ ਸੰਭਾਲ ਰਿਹਾ।
ਸਰ 70 ਸਾਲ ਪਹਿਲਾਂ ਔਰ ਅੱਜ ਦੀ ਜਿਹੜੀ ਜਨਰੇਸ਼ਨ ਹੈ, ਤੁਸੀਂ ਮਤਲਬ ਪਹਿਲੇ ਵਾਲੀ ਚੀਜ਼ ਨੂੰ ਧਿਆਨ 'ਚ ਰੱਖ ਕੇ ਕਸਟਮਰਸ ਨੂੰ ਚੀਜ਼ਾਂ ਦੇ ਰਹੇ ਹੋ ਜਾਂ ਕੁਛ ਆਪਣੀ ਥੋਟਸ ਵੀ ਮਿਕਸ ਕੀਤੀਆਂ ਔਰ ਲੇਟੈਸਟ ਵੈਰਾਇਟੀ ਅੱਜ ਦੇਖਣ ਨੂੰ ਮਿਲੀ ਇੱਥੇ, ਇਹਦੇ ਬਾਰੇ ਕੀ ਕਹੋਗੇ? ਅਸੀਂ ਟ੍ਰੈਡੀਸ਼ਨਲ ਵੀ ਬਹੁਤ ਰੱਖ ਰਹੇ ਹਾਂ, ਨਾਲ ਖੁਦ ਇੰਪਰੋਵਾਈਜ਼ ਕਰਕੇ ਬਹੁਤ ਕੁਛ ਨਵਾਂ ਵੀ ਲੈ ਕੇ ਆ ਰਿਹਾ, ਜਿਹਦੇ ਵਿੱਚ ਵੈਸਟਰਨ ਡਰੈਸਿਸ ਵੀ ਹੈ ਔਰ ਜੋ ਅੱਜ ਕੱਲ੍ਹ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਵਾਸਤੇ ਵੀ ਬਹੁਤ ਧਿਆਨ ਰੱਖਿਆ ਜਾ ਰਿਹਾ। ਸਰ ਦੇਖਣ ਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਜਗ੍ਹਾ ਤੋਂ ਤੁਹਾਡੀ ਇਹ ਵੈਰਾਇਟੀ ਸਭ ਆਉਂਦੀ ਪਈ ਹੈ, ਮੈਨੂੰ ਇੱਦਾਂ ਲੱਗਦਾ ਪੂਰਾ ਇੰਡੀਆ ਤੋਂ ਤੁਸੀਂ ਇਕੱਠੇ ਕਰਕੇ ਚੁਣਿੰਦਾ ਡਿਜ਼ਾਈਨ ਇੱਥੇ ਦੇ ਰਹੇ ਹੋ, ਇਹ ਗੱਲ ਦੇ ਕਿੰਨੀ ਕੁ ਢੁਕਵੀਂ ਤੁਹਾਡੇ ਸ਼ੋਪ ਦੇ ਉੱਤੇ ਸਿੱਧ ਹੋ ਰਹੀ ਹੈ? ਕਸਟਮਰ ਅੱਜ ਕੱਲ੍ਹ ਬਹੁਤ ਅਵੇਅਰ ਹੈ, ਨਵੀਂ ਜਨਰੇਸ਼ਨ ਬਹੁਤ ਅਵੇਅਰ ਹੈ, ਤਾਂ ਸਾਨੂੰ ਹਰ ਜਗ੍ਹਾ ਤੋਂ ਵਰਾਇਟੀ ਇਕੱਠੀ ਕਰਨੀ ਪੈਂਦੀ ਹੈ, ਜੈਪੁਰ ਤੋਂ, ਦਿੱਲੀ ਤੋਂ, ਬੰਬੇ ਤੋਂ, ਔਰ ਜਿਸ ਤਰ੍ਹਾਂ ਕਸਟਮਰ ਟੇਸਟ ਹੈ ਸਾਨੂੰ ਉੱਦਾਂ ਦੀ ਵਰਾਇਟੀ ਲੈ ਕੇ ਆਉਣੀ ਪੈਂਦੀ ਹੈ। ਔਰ ਡਿਜ਼ਾਈਨ ਕੌਣ ਸੋਚਦਾ ਡਿਜ਼ਾਈਨ ਬਾਰੇ, ਕਿ ਤੁਸੀਂ ਇਕੱਲੀ ਇਕੱਲੀ ਲੇਡੀਜ਼ ਦੀ ਗੱਲ ਆਪਣੇ ਦਿਮਾਗ 'ਚ ਬਿਠਾ ਲੈਂਦੇ ਹੋ ਕਿ ਇਹਨਾਂ ਨੂੰ ਉਹ ਪਸੰਦ ਆਊਗਾ ਇੱਦਾਂ, ਜਾਂ ਕਿਸ ਤਰ੍ਹਾਂ ਸੋਚ ਕੇ ਫਿਰ ਚੁਣ ਲੈਂਦੇ ਹੋ ਡਿਜ਼ਾਈਨ? ਮੈਂ ਔਰ ਮੇਰੇ ਮਿਸਿਸ ਦੋਨੋਂ ਇਸ ਟਾਈਮ ਅਸੀਂ ਬਿਜ਼ਨਸ ਨੂੰ ਹੈਂਡਲ ਕਰ ਰਹੇ ਹਾਂ, ਔਰ ਅਸੀਂ ਅੱਜ ਦੀ ਜੋ ਨਵੀਂ ਯੂਥ ਦੀ ਟੇਸਟ ਹੈ, ਜੋ ਇੰਸਟਾਗ੍ਰਾਮ ਹੈ, ਫੇਸਬੁੱਕ ਹੈ ਔਰ ਹੋਰ ਵੀ ਜੋ ਮੀਡੀਆ ਦੇ ਨਾਲ ਜੋ ਰਿਲੇਟਡ ਹੈਗੇ ਨੇ, ਉਹਨਾਂ ਸਾਰਿਆਂ ਤੋਂ ਅਸੀਂ ਡਿਜ਼ਾਈਨ ਸਿਲੈਕਟ ਕਰਦੇ ਹਾਂ, ਫਿਰ ਅਸੀਂ ਉਹ ਫਾਈਨਲੀ ਉਹਨਾਂ ਨੂੰ ਪ੍ਰੋਕਿਓਰ ਕਰਕੇ ਅਸੀਂ ਉਹ ਸਟਾਕ ਲੈ ਕੇ ਆਉਂਦੇ ਹਾਂ। ਸਰ ਇੱਕ ਸਵਾਲ ਹੋਰ ਤੁਹਾਡੇ ਤੋਂ ਹੈ ਕਿ ਕੋਈ ਵੀ ਇੱਧਰ ਪਹਿਲੀ ਵਾਰੀ ਵਿਜ਼ਿਟ ਕਰਦਾ ਹੋਏਗਾ, ਵੈਸੇ ਤਾਂ ਲੋਕ ਬੜੇ ਪੁਰਾਣੇ ਆ ਰਹੇ ਨੇ, ਪਰ ਜਿਹੜਾ ਪਹਿਲੀ ਵਾਰੀ ਵਿਜ਼ਿਟ ਕਰਦਾ ਹੋਏਗਾ ਉਹ ਇੱਥੋਂ ਬਹੁਤ ਸਾਰੀ ਸ਼ੋਪਿੰਗ ਕੀਤੇ ਬਗੈਰ ਰਹਿ ਨਹੀਂ ਸਕਦਾ ਹੋਏਗਾ, ਅਤੇ ਹੁਣ ਕਈ ਲੋਕ ਪੰਜਾਬ ਤੋਂ ਬਾਹਰ ਵੀ ਚਲੇ ਗਏ ਨੇ, ਅਤੇ ਟੇਸਟ ਉਹਨਾਂ ਦਾ ਜੇ ਅੱਜ ਵੀ ਬਰਕਰਾਰ ਹੈ, ਅਤੇ ਤੁਸੀਂ ਦੱਸ ਸਕਦੇ ਹੋ ਤੁਹਾਡਾ ਜਿਹੜਾ ਸਪਲਾਈ ਹੈ ਕਿੱਥੋਂ ਕਦੋਂ ਤੱਕ ਹੋ ਰਹੀ ਹੈ? ਅਸੀਂ ਇਸ ਟਾਈਮ ਕੈਨੇਡਾ, USA, ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਕੱਪੜੇ ਰੈਗੂਲਰ ਭੇਜ ਰਹੇ ਹਾਂ, ਔਰ ਜਦੋਂ ਵੀ ਸਾਡੇ ਕਲਾਇੰਟਸ ਵਾਪਸ ਆਉਂਦੇ ਨੇ ਅਸੀਂ ਉਹਨਾਂ ਦੀ ਚੋਇਸ ਅਕੋਰਡਿੰਗ ਕਸਟਮਾਈਜ਼ ਕਰਕੇ ਸੂਟਸ ਉਹਨਾਂ ਨੂੰ ਬਾਅਦ ਵਿੱਚ ਭੇਜਦੇ ਹਾਂ। ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜੈਨ ਕਲੋਥ ਹਾਊਸ, ਜਿੱਥੇ ਪਿਛਲੇ 70 ਸਾਲਾਂ ਤੋਂ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ, ਅੱਜ ਵੀ ਉਹ ਪਸੰਦ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਹੀ ਬਰਕਰਾਰ ਹੈ, ਔਰ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਲੋਕ ਜੈਨ ਕਲੋਥ ਹਾਊਸ ਦੇ ਡਿਜ਼ਾਈਨ ਪਾਉਣਾ ਬੇਹੱਦ ਪਸੰਦ ਕਰਦੇ ਨੇ, ਤਾਂ ਸਾਨੂੰ ਵੀ ਬੜਾ ਪਸੰਦ ਆਏਗਾ ਜੇ ਅਸੀਂ ਇਹਨਾਂ ਨੂੰ ਅਵਾਰਡ ਨਾਲ ਸਨਮਾਨਿਤ ਕਰੀਏ, ਕਰਨਾ ਵੀ ਬਣਦਾ ਜੀ।